ਤੜੀ ਕੋ ਰਿਸ਼ਤੇਦਾਰੀ ਹੈਗੀ ਸੁਹਾਨਪੁਰ ਨਾ ਕਿ ਸਾਡੇ ਤੋਂ ਕੋਈ ਨਹੀਂ ਹਾਂ ਜਾਨੀ ਹੁਣ ਤੇ ਆਪਣਾ ਹਾਂ ਪਾਪੂ ਤੇਰਾ ਮੇਰਾ ਡੈਡੀ ਹਾਂ ਡੈਡੀ ਕਰਈ ਅੱਛਾ ਹੁਣ ਤੂੰ ਜਾਵੇਂਗਾ ਘਰ ਨੂੰ ਜਦੋਂ ਬਾਬਾ ਜੀ ਕਹਿੰਦੇ ਉਦੋਂ ਹੀ ਜਾਵਾਂ ਕੀ ਕਹਿੰਦਾ ਬਾਬਾ ਜੀ ਇਹਨਾਂ ਜੇ ਨਹੀਂ ਛੱਡ ਕੇ ਅੱਛਾ ਫਿਰ ਛੱਡੇਗਾ ਹੁਣ ਤਾਂ ਤੂੰ ਆਂਟੀ ਕਾ ਹਾਂ ਹਾਂ ਰੋਟੀ ਬਣੀ ਆਣ ਵਧੀਆ ਖਾਣਾ ਹਾਂ ਸੇਵਾ ਵੀ ਕਰਾ ਦੇਣਾ ਉੱਥੇ ਮਰੀਜ਼ਾਂ ਦੀ ਹੈ ਸੇਵਾ ਵੀ ਕਰਾ ਦੇਣਾ ਉੱਥੇ ਨਾਲ ਕੀ ਕਰਦਾ ਹੁਣਾ ਮੈਂ ਮਾੜਾ ਮੋਟਾ ਹੁੰਦਾ ਹੀ ਕਰੀ ਜਾਈਦਾ ਅੱਛਾ ਠੀਕ ਆ ਹਾਂ ਯਾ ਟਾਈਮ ਪੀਸ ਕਿੰਨੇ ਦਾ ਆ ਜੀ ਇਹ 100 ਰੁਪਏ ਦਾ ਅੱਛਾ ਹਾਂ ਲੈ ਲੈ ਤੇ ਨਾ ਬਾਬਾ ਉੱਥੇ ਲਾਣੀ ਕਮਰੇ ਚ ਦੇ ਦਾਨੇ ਆ ਲਿਆ ਕੇ ਦੇ ਦਾਂਗੇ ਇਹਨੂੰ ਨੌਕਰੀ ਦਿਵਾਉਣੀ ਆ ਮੰਮੀ ਇਹਨੂੰ ਅੱਛਾ ਹੈ ਸਣੀ ਨੌਕਰੀ ਤੇ ਲੱਗੇਗਾ ਹਾਂ ਲੱਗ ਜਾਣਾ ਬਸ ਉਹ ਚੰਨੀ ਕੱਢੂਗਾ ਨੌਕਰੀ ਮੈਂ ਤੇ ਨੌਕਰੀ ਤੇ ਲਵਾ ਦਾਂਗੇ ਇਹ ਕਹਿੰਦਾ ਮੈਨੂੰ ਵੀ ਆਪਣਾ ਨਾ ਕੋਈ ਨਾ ਕੋਈ ਨਾ ਮੈਂ ਚੱਕ ਦੂੰਗਾ ਕੋਈ ਨਾ ਲੱਡੂ ਡਿੱਗੇ ਕੋਈ ਨਾ ਤੂੰ ਟੈਨਸ਼ਨ ਨਾ ਲੈ ਕੋਈ ਨਾ ਤੇ ਸੋਨੀ ਇਹ ਵੀ ਤੇਰੀ ਮਾਂ ਆ ਸੋਨੀ ਆਹੋ ਜੀ ਹਨਾ ਹਾਂ ਠੀਕ ਆ ਤੇ ਇਹ ਵੀ ਮਾਤਾ ਹੀ ਲੱਗੇ ਤੇ ਠੀਕ ਆ ਕੋਈ ਨਾ ਨਾ ਗਰਮੇ ਚ ਕਦੀ ਤਮਾ ਦੇ ਦੋ सोनी तेरी उम्र कितनी है बिरे 34 साल आहो 34 साल हो गए अच्छा पहला नहीं मैं ਤੁਹਾਡੇ ਘਰੇ ਕਦੇ ਆਇਆ ਨਾ ਆਇਆ ਕਿੰਨੀ ਵਾਰੀ ਤਾਂ ਆਇਆ ਝੂਠ ਬੋਲਦਾ ਤੇ ਝੜਕਾ ਤਾਂ ਪਤਾ ਨਹੀਂ ਨਹੀਂ ਪਿੰਡੋਂ ਨਹੀਂ ਆਇਆ ਇੱਥੋਂ ਤਾਂ ਆਇਆ ਹਾਂ ਪਿੰਡੋਂ ਨਹੀਂ ਆਇਆ ਕਦੇ ਪਿੰਡੋਂ ਨਹੀਂ ਆਇਆ ਕਦੇ ਸਹੀ ਗੱਲ ਆ ਸੋਨੀ ਪਹਿਲਾਂ ਕਿਹੜਾ ਆਪਾਂ ਜਾਣਦੇ ਤੇ ਵੀਰੇ ਹਾਂ ਜੀ ਸੋਨੀ ਕੀ ਕੰਮ ਕਰਦਾ ਹੁੰਦਾ ਤੂੰ ਕਿ ਪੜਦਾ ਹੁੰਦਾ ਸੀ ਅੱਛਾ ਸੁਮਣੇ ਨਤਨੇਠੇ ਨਾਲੇ ਕ੍ਰਿਕਟ ਖੇਡਦਾ ਹੁੰਦਾ ਤੀ ਪੀਐਚਡੀ ਕਰੀ ਵੀ ਸੋਨੀ ਨੇ ਹਨਾ ਸੋਨੀ ਐ ਸੋਨੀ ਹਾਂ ਪੀਐਚਡੀ ਕਰੀ ਵੀ ਤੇਰੀ ਨਾ 12 ਪੜਿਆ ਹੋਇਆ 12 ਪੜਿਆ ਵਾ ਹਾਂ ਲੱਗਦਾ ਤਾਂ ਹੈ ਨਹੀਂ ਯਾਰ 12 ਪੜਿਆ ਵਾ ਹੂੰ ਲੱਗਦਾ ਤਾਂ ਹੈ ਨਹੀਂ ਉਹ ਫਿਰ ਗਰੀਬੀ ਸੀ ਨਾ ਘਰ ਚ ਉਹ ਨਹੀਂ ਗਰੀਬੀ ਤੂੰ ਆ ਟੈਨਸ਼ਨ ਨਾ ਲਿਆ ਕਰ ਗਰੀਬੀ ਹੱਦੀ ਮਹਾਰਾ ਸਭ ਨੂੰ ਰੋਟੀ ਦਿੰਦਾ ਹਾਂ ਦੇਖ ਲੈ ਆਪਾਂ ਕਿੰਨਾ ਘੈਂਟ ਬਣਾ ਲਿਆ ਘਰ ਤੇਰੇ ਵਾਸਤੇ महाराज ने कृपा करती देखो असि भी डॉक्टर तो दवाई दवाई है जी बड़ियाई सानू देती परमात्मा ने सोनी और लाएंगा चाय दे चाय और लेनी दे दो ही ले फट मेरे पीला मैं तो फिर कर लूं कोई ना ले मामा पीला 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 रज गए वाह ओए सोनी पीला लड्डू और खाना सोनी दे दो मम्मी दे लड्डू वाह ओए सोनी चढ़ाई है सोनी तेरी आपां नूं पटियाले जाना नाले आपां लियाउणा समान रंग दा नाले आपां ने एक दो होर भी काफी समान ने दवाइयां लियाउणियां ने डॉक्टर दे ठीक है बैठ जा मम्मी बैठ कोई ना मैं तो ठीक है ओरी बैठ जी बैठ बैठ सोनी सुना कोई गल सहज रह रहे हो जी हैं सहज की मूवी नु सहज ही कहंदे नु नहीं 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 स्नैप सहज मम्मी देख ला है कितना भोला देख ला है ना मम्मी है ना गुरप्रीत पिंड रहे ਸਮਾਨਪੁਰ 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 ਤਾਂ ਤੇਰਾ ਪਿੰਡ ਕਿਹੜਾ ਤੂੰ ਮੇਰਾ ਆਹੋ ਤੇ ਉਹ ਵਿਆਹੀਆਂ ਕਿੱਥੇ ਨੇ ਨਹਾ ਵੀ ਕਿਹੜੇ ਪਿੰਡ ਵਿਆਹੀਆਂ ਨੇ ਇੱਕ ਤਾਂ ਵਿਆਹੀ ਛਿੱਟਾਂ ਵਾਲੇ ਅੱਛਾ ਨਾਬੇ ਕੋਲ ਅੱਛਾ ਤੈਨੂੰ ਪਤਾ ਆਹੋ ਮੈਂ ਗਿਆ ਹੋਇਆ ਬਹੁਤ ਹੋਰੀ ਤੈਨੂੰ ਲੈ ਲਿਆ ਮੈਂ ਕੋਈ ਨਹੀਂ ਮਿਲ ਕੇ ਉੜ ਬੈਣ ਨੂੰ ਚੰਗਾ ਫਰਿੱਜ ਕਿੰਨੇ ਦੀ ਆਈ ਜੀ ਫਰਿੱਜ ਤਾਂ 20 ਰਹਿ ਜਾਂਦੀ ਕਿੰਨੇ ਦੀ ਆਈ ਬਾਬਾ ਜੀ ਫਰਿੱਜ 10 ਬਾਬੇ ਪਤਾ ਨਹੀਂ ਸੋਨੀ 20,000 ਦੀ ਹੋਊਗੀ ਵੀਰੇ ਇਹ ਤਾਂ ਬਹੁਤ ਚਿਰਦੀ ਆ ਸਿੰਪਲ ਜੀ ਆਪਾਂ ਵੀ ਤਾਂ ਗਰੀਬ ਆਂ ਦੱਸ ਆਪਾਂ ਕਿਤੇ ਅਮੀਰ ਆਂ ਯਾਰ ਹੈ ਸੋਨੀ ਇੱਕ ਮੇਰੀ ਭੈਣ ਵੀ ਹੈ ਸਰਦੂਲਗੜ ਅੱਛਾ ਇੱਕ ਮੇਰੀ ਭੈਣ ਵੀ ਦਈਪੁਰ ਅੱਛਾ ਤਾਂ ਕੀ ਖਨੌਰੀ ਕੋਲ ਖਨੌਰੀ ਕੋਲ ਉੱਥੇ ਮੇਰੇ ਮਾਮੇ ਨੇ ਖਨੌਰੀ ਕੋਲ ਅੱਛਾ ਨਾਨਕੇ ਤੇ ਉੱਥੇ ਨੇ ਹਾਂ ਛੇਰਗੜ ਛੇਰਗੜ ਪਤਾ ਪਤਾ ਸਾਰਾ ਦੇ ਹੁਣ ਤਾਂ ਠੀਕ ਹੈ ਉਹ ਤਾਂ ਨਹੀਂ ਜਾਂਦਾ ਨਿਮਲਣਾ
ਉਹਨਾਂ ਦੀ ਨੌ ਆਈ ਸੀ ਅਸੇ ਨੂੰ ਆਈ ਥੀ ਹਾਂ ਅੱਛਾ ਅੱਛਾ ਮਿਲ ਕੇ ਗਈ ਹੈ ਸੋਨੀ ਨੇ ਦੇ ਲੋ ਕੌਲੀ ਦੇ ਵਿੱਚ ਗਲਾਸ ਰੱਖਿਆ ਮੰਮੀ ਸੋਨੀ ਸੁਣਾ ਕੋਈ ਮਾਤਾ ਨੂੰ ਗੱਲ ਆਹੋ ਜੀ ਹੈ ਕੌਲੀ ਚ ਗਲਾਸ ਹਾਂ ਕੋਈ ਫੇਰ ਕੋਈ ਪਾਸ ਦੇਖ ਲੈ ਦੇਖ ਲੈ ਮੰਮੀ ਕੌਲੀ ਚ ਗਲਾਸ ਕੋਈ ਫੇਲ ਕਰੇ ਕੋਈ ਪਾਸ ਵਾਹ ਵਾਹ ਸੋਨੀ ਇਹ ਜਿਹਾ ਮਿਲਣਾ ਤੀ ਰੌਣਕ ਹੀ ਬੰਦਾ ਦੇਖ ਲਾ ਸੋਨੀ ਕਿਸੇ ਹੈ ਸੁਣਾ ਦੇ ਗੱਲ ਕੋਈ ਹੋਰ ਹੈਂ ਸੁਣਾ ਕੋਈ ਮਾਤਾ ਨੂੰ ਗੱਲ ਕੋਈ ਸਿਆਣੀ ਜੀ ਮੈਂ ਨਾ ਜਦੋਂ ਪੜ੍ਹਦਾ ਹੁੰਦਾ ਸੀ ਨਾ ਮੇਰੀ ਲੜਾਈ ਪੈ ਗਈ ਅੱਛਾ ਪਤਾ ਕਿ ਦੋ ਮੁੰਡਿਆਂ ਨਾਲ ਅੱਛਾ ਦੋ ਜਾਣੇ ਅਸੀਂ ਵੀ ਚੰਗਾ ਕੁੱਟਿਆ ਉਹਨਾਂ ਨੂੰ ਕੁੱਟੇ ਅੱਛਾ ਹਾਂ ਫੇਰ ਤੈਨੂੰ ਕੁੱਟਿਆ ਨਾ ਉਹਨਾਂ ਉਹਨਾਂ ਨੂੰ ਬੜਾ ਕੁੱਟਿਆ ਅੱਛਾ ਹਾਂ ਜਾਣ ਤਾਂ ਤੇਰੇ ਮੇਰੇ ਜਿਹੜੇ ਨਾਲ ਦਾ ਸੀ ਨਾ ਹਾਂ ਪਤਾ ਕੀ ਕਹਿੰਦਾ ਹਾਂ ਕਹਿੰਦਾ ਸਾ ਇਹਨੂੰ ਕਾ ਤਾਂ ਕੁੱਟਣ ਲੱਗੇ ਹੋ ਕਹਿੰਦਾ ਇਹ ਸਹੀ ਨਹੀਂ ਹੈਗਾ ਇਹਦਾ ਦਿਮਾਗ ਨਹੀਂ ਸਹੀ ਹੈਗਾ ਵੀ ਹਾਂ ਗਰੀਬ ਵਿਚਾਰਾ ਕਿਉਂ ਕੁੱਟਣ ਲੱਗੇ ਹੋ ਠੀਕ ਹੈ ਵੀਰੇ ਗਰੀਬ ਨੂੰ ਨਹੀਂ ਕੁੱਟਣਾ ਚਾਹੀਦਾ ਨਾ ਸਹੀ ਗੱਲ ਆ ਦੇ ਲੈ ਮੈਂ ਕਿੰਨੀਆਂ ਸਿਆਣੀਆਂ ਗੱਲਾਂ ਕਰਦਾ ਸਤੂ ਹੈਪੀ ਕਹਿੰਦਾ ਗਰੀਬ ਨੂੰ ਨਹੀਂ ਕੁੱਟਣਾ ਜੀ ਅਮੀਰ ਨੂੰ ਕੁੱਟਣਾ ਚਾਹੀਦਾ ਨਾ ਅਮੀਰ ਨੂੰ ਨਹੀਂ ਕੁੱਟਣਾ ਅਮੀਰ ਨੂੰ ਕੁੱਟ ਦੇਵੇ ਜੇ ਤੰਗ ਕਰੇ ਹਨਾ ਹੁਣ ਤਾਂ ਕੁੱਟ ਦੇਵੇ ਅਮੀਰ ਨੂੰ ਤਾਂ ਹਨਾ ਗਰੀਬ ਨੂੰ ਨਾ ਕੁੱਟੇ ਹਨਾ ਹਾਂ ਚਲੋ ਰੋਟੀ ਕੀ ਵੇਲੇ ਕਿੱਥੋਂ ਖਾਂਦਾ ਕਿੱਥੋਂ ਖਾਂਦਾ ਹਾਂ ਸਹੀ ਗੱਲ ਹੈ ਦੇਖ ਲਾ ਸਹੀ ਗੱਲ ਹੈ ਮੈਨੂੰ ਸੜਕਾਂ ਦਾ ਨਹੀਂ ਸੀ ਪਤਾ ਲੱਗਿਆ ਜੀ ਅੱਛਾ ਨਹੀਂ ਪਿੰਡ ਨੂੰ ਭੱਜ ਜਾਂਦਾ ਵਾਪਸ ਹਾਂ ਜੀ ਸੜਕਾਂ ਦਾ ਨਹੀਂ ਪਤਾ ਲੱਗਿਆ ਜੀ ਅੱਛਾ ਤਾਂ ਬਾਬੇ ਨੂੰ ਕੁਛ ਕਿਹਾ ਤਾਂ ਨਹੀਂ ਕਿ ਤੈਨੂੰ ਬਾਬਾ ਲੈ ਕੇ ਆਇਆ ਨਾ ਅੱਛਾ ਤੈਨੂੰ ਬਾਬੇ ਨੂੰ ਕੁੱਟਿਆ ਤਾਂ ਨਹੀਂ ਨਾ ਅੱਛਾ ਫਿਰ ਤਾਂ ਠੀਕ ਆ ਹਾਂ ਫਿਰ ਠੀਕ ਆ ਤੁਸੀਂ ਕਿਹੜੇ ਬਾਬੇ ਨੂੰ ਮੰਨਦੇ ਹੋ ਜੀ ਅਸੀਂ ਆਦੇ ਬਾਬਾ ਜੀ ਬੈਠੇ ਸਾਡੇ ਕੋਲ ਇਹਨਾਂ ਨੂੰ ਮੰਨਦੇ ਇਹਨਾਂ ਨੂੰ ਮੰਨਦੇ ਆ ਇਹੀ ਨਹੀਂ ਸਾਡੇ ਬਾਬੇ ਹੋਰ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਆ ਸੋਨੀ ਹਾਂ ਉਹ ਤਾਂ ਮਜ਼ਾਕ ਕਰਦੀ ਆ ਮਾਤਾ ਤੈਨੂੰ ਹਾਂ ਦੋ ਆਪਣੀ ਗੁੜੀਆਂ ਨੇ ਦੇਵੀਆਂ ਇੱਕ ਹਰ ਆਪਣੀ ਹਰ ਗੁਣਾ ਇੱਕ ਨਾ ਆਵਾਜ਼ ਆਹੋ ਉਹ ਗੇਟ ਜੇ ਕੀ ਲਾਇਆ ਜੀ ਉਹ ਗੇਟ ਆ ਪਰਲੇ ਪਾਸੇ ਨਿਕਲੂਗਾ ਅੱਛਾ ਹਾਂ ਹੁਣ ਤਾਂ ਠੀਕ ਆ ਜੀ ਹਰ ਉਹ ਆਪਾਂ ਜੋ ਉਧਰ ਮਸ਼ੀਨ ਮਸ਼ੂਨ ਕੱਪੜੇ ਤੋਂ ਨਾਲ ਧਰਨੀ ਅੰਦਰ ਜਾ ਕੇ ਤੁਸੀਂ ਹਲੇ ਤਿਆਰ ਕਰਨਾ ਸੋਨੀ ਆਪਾਂ ਘਰ ਉਦਾਂ ਹੀ ਆ ਜੇ ਆਪਣਾ ਨਾ ਹਲੇ ਇੱਕ ਆਪਣਾ ਵੀਰਾ ਬਾਹਰ ਗਿਆ ਹੋਇਆ ਅੱਛਾ ਪਾਲ ਦਾ ਵੀਰਾ ਬਾਹਰ ਗਿਆ ਹੋਇਆ ਭਾਈ ਕਾ ਉਹਦਾ ਵਿਆਹ ਕਰਾਂਗੇ ਫਿਰ ਆਪਾਂ ਫਿਰ ਤਿਆਰ ਕਰਾਂਗੇ ਘਰ ਫਿਰ ਮੈਂ ਪਿੰਡ ਜਾਵਾਂਗਾ ਫਿਰ ਤੁਸੀਂ ਭੰਗੜਾ ਪਾਇਓ ਇੱਥੇ ਪੂਰਾ ਨੱਚਿਓ ਹਾਂ ਹਾਂ ਫਿਰ ਨੱਚਣਾ ਤੁਸੀਂ ਚੰਗਾ ਚੰਗਾ ਉਹ ਛੋਟਾ ਹੀ ਤੋਂ ਚਲੀਏ ਚਲੋ ਸੋਨੀ ਚੜ੍ਹਾਈ ਆ ਸੋਨੀ ਦੀ ਜਦੋਂ ਆਪਾਂ ਨਾ ਆਪਣੇ ਛੋਟੇ ਦਾ ਵਿਆਹ ਕਰਾਂਗੇ ਫਿਰ ਤਿਆਰ ਕਰਾਂਗੇ ਸੋਨੀ ਘਰ ਹੈ ਨਾ ਮਹਾਰਾਜ ਕਰਨਗੇ ਕਿਰਪਾ ਖੋਲ ਇਹ ਤੈਨੂੰ ਸੰਸਥਾ ਦਿਖਾਵਾਂ ਇੱਧਰੋਂ ਆ ਜਾ ਵੀਰੇ ਆ ਜਾ ਸੋਨੀ ਦਿਖ ਦੱਸ ਕਿੱਥੇ ਆ ਸੰਸਥਾ ਇੱਧਰ ਸੀਗੀ ਦੇਖ ਦਿਖਦੀ ਆ ਵੀਰੇ ਹੈ ਨਾ ਬਾਬਾ ਜੀ ਆ ਕੰਧ ਥੋੜੀ ਉੱਤੀ ਚੱਕ ਦੇਣੀ ਸੀ ਹਾਂ ਇੱਥੇ ਗ੍ਰਿਲ ਲੱਗੂਗੀ ਸੋਨੀ ਚੱਕਰ ਆਉਣ ਲੱਗ ਜਾਂਦੇ ਨੇ ਹਾਂ ਉਰੇ ਗ੍ਰਿਲ ਲੱਗੂਗੀ ਵੀਰੇ ਇੱਥੇ ਨਾ ਗ੍ਰਿਲ ਲੱਗੂ ਉਹ ਦੇਖ ਜਿੱਥੇ ਤੁਸੀਂ ਜਿਹੜਾ ਹੁਣ ਪ੍ਰਸ਼ਾਦਾ ਛਕਦੇ ਹੁੰਨੇ ਆ ਹਾਂ ਜੀ ਕਿੱਥੇ ਬਣਦਾ ਭਰਾ ਇੱਥੇ ਬਣਦਾ ਉਹ ਦੇਖ ਉੱਥੇ ਬਣਦਾ ਹੈ ਨਾ ਸੋਨੀ ਇੱਥੇ ਬੇਬੇ ਬਣਾਉਂਦੇ ਨੇ ਦੇਖ ਲਾ ਆ ਟੂਟੀ ਹਾਂਜੀ ਇੱਥੇ ਨਾ ਸੋਨੀ ਪਤਾ ਕੀ ਆ ਵੀਰੇ ਹਾਂ ਪੂਰੇ ਲੋਹੇ ਦੀ ਗ੍ਰਿਲ ਲੱਗੂਗੀ ਗ੍ਰਿਲ ਉੱਪਰ ਉੱਚੀ ਹੈ ਹਾਂ ਅੰਬ ਵੀ ਲੱਗਦੇ ਹੁੰਦੇ ਨੇ ਅੰਬ ਵੀ ਲੱਗਦੇ ਨੇ ਖਾਧੇ ਨੇ ਕਦੇ ਖਾਧੇ ਨੇ ਬਿਲਕੁਲ ਇਹ ਅੰਬ ਪਹਿਲਾਂ ਕਹਿੰਦੇ ਕਹਿੰਦੇ ਪੱਟਣਾ ਪਰ ਮੈਂ ਪੱਟਣ ਨਹੀਂ ਦਿੱਤਾ ਫਿਰ ਇਹ ਤਾਂ ਸੋਹਣਾ ਲੱਗਦਾ ਦੇਖ ਲਾ ਹਨਾ ਜੇ ਵਪਾਰ ਵੀ ਆਪਾਂ ਕਰੀਏ ਹਾਂ ਅੰਬਾਂ ਦਾ ਹੋ ਜਾਂਦਾ ਸਹੀ ਗੱਲ ਆ ਸੋਨੀ ਉਹ ਸਾਡਾ ਪੁਰਾਣਾ ਘਰ ਆ ਸੋਨੀ ਇੱਧਰ ਪੁਰਾਣਾ ਘਰ ਹੁੰਦਾ ਦੀ ਪਹਿਲਾਂ ਵੀਰੇ ਉਹ ਢਾਤਾ ਉਹ ਹੁਣ ਚੱਕਤਾ ਆਪਾਂ ਨੇ ਸਾਰਾ
ਆਪਾਂ ਨੂੰ ਇੱਧਰ ਨਵਾਂ ਘਰ ਪਾਏ ਨੂੰ 5-6 ਸਾਲ ਹੋ ਗਏ ਹਾਂ ਹਨਾ 6 ਸਾਲ ਹੋ ਗਏ ਹਾਂ ਦੇਖ ਲੈ ਫਿਰ ਤੇਰੇ ਤੁਸੀਂ ਪੜ੍ਹੇ ਵੀ ਹੋਏ ਹੋ ਪੜ੍ਹੇ ਵੀ ਹੋ ਮੈਂ ਸੋਨੀ 2 ਸਾਲ ਦੇਖ ਪਹਿਲਾਂ ਮੈਂ ਪਲੱਸ 2 ਕੀਤੀ ਹਾਂ ਜੀ ਫਿਰ ਮੈਂ 2 ਸਾਲ ਦਾ ਡਿਪਲੋਮਾ ਕੀਤਾ ਹਾਂ ਜੀ ਫਿਰ ਮੈਂ ਸੋਚਿਆ ਵੀ ਚਲ ਆਜੋ ਵੀ ਅੱਗੇ ਪੜ੍ਹਦੇ ਹਾਂ ਪਰ ਫਿਰ ਘਰ ਦੀਆਂ ਮਜਬੂਰੀਆਂ ਪੜ੍ਹਿਆ ਨਹੀਂ ਗਿਆ ਅੱਗੇ ਬਸ ਕਿਸਮਤ 'ਚ ਇੰਨਾ ਕੇ ਤੀਗਾ ਪੜ੍ਹਨਾ ਸੋਨੀ ਉੱਥੇ ਆ ਗਏ ਆਪਾਂ ਹੈਂ ਇੱਥੇ ਤੁਸੀਂ ਮੈਨੂੰ ਪੁੱਛਿਆ ਸੀ ਨਾ ਕੀ ਖਾਣਾ ਹਾਂ ਮੈਂ ਚਾਹ ਪੀ ਲੈਂਦਾ ਮਤਲਬ ਚਾਹ ਹੀ ਮਿਲ ਗਈ ਠੀਕ ਆ ਜਾ ਫਿਰ ਕਿਸਮਤ 'ਚ ਜਿਹੜੀ ਚੀਜ਼ ਲਿਖੀ ਹੋਵੇ ਉਹ ਹੀ ਮਿਲ ਜਾਂਦੀ ਸਹੀ ਗੱਲ ਹੈ ਵੀਰੇ ਅੱਛਾ ਇੱਧਰੋਂ ਵੀ ਦੇਖ ਨਾਲੇ ਆਪਣੀ ਸੰਸਥਾ ਦੇਖੂਗੀ ਨਾਲੇ ਹਾਂ ਸੋਨੀ ਦੇਖ ਲਾ ਅੱਜ ਫਿਰ ਚੜ੍ਹਦੀ ਕਲਾ ਹੋ ਗਈ ਸੋਨੀ ਦੀ ਅੱਜ ਗੈਸ ਬਾਹਰ ਰੱਖਿਆ ਹੋਇਆ ਫਿਰ ਉਹ ਅੰਦਰ ਗੀਜ਼ਰ ਲਾਇਆ ਹੋਇਆ ਨਾ ਗੈਸ ਵਾਲਾ ਹਾਂ ਹੋਰ ਸੋਨੀ ਠੀਕ ਹੈ ਹੁਣ ਦੱਸ ਕਿੱਧਰ ਆ ਸੰਸਥਾ ਆਪਣੀ ਇੱਧਰ ਹੈ ਜੀ ਕਿੱਧਰ ਹੱਥ ਕਰਕੇ ਖਾ ਤਾਂ ਸੀ ਯਾਰ ਐ ਥੋੜੀ ਪਤਾ ਲੱਗੂਗਾ ਹੋ ਜੀ ਹਾਂ ਕਿੱਥੇ ਬਲ ਦਰਖਤ ਬੜੇ ਨੇ ਉੱਤੇ ਨਾ ਹਾਂ ਦਰਖਤ ਬਹੁਤ ਨੇ ਵੀਰੇ ਦੇਖ ਲਾ ਹਾਂ ਸੰਸਥਾ ਦੇ ਨਾਲ ਨਾਲ ਹਾਂ ਸੁਨੀਆ ਡੇਰਾ ਉਰੇ ਸੰਤਾਂ ਦਾ ਹਨਾ ਹਾਂ ਡੇਰਾ ਸੰਤ ਹਾਂ ਵਾਹ ਵੇ ਸੋਨੀ ਇੱਥੇ ਕੌਣ ਰਹਿੰਦੇ ਨੇ ਜੀ ਉਰੇ ਬਾਬਾ ਜੀ ਨੇ ਜਿਹੜੇ ਰਹਿੰਦੇ ਨੇ ਬੰਦੀ ਹੁਣ ਸਰੀਰ ਛੱਡ ਕੇ ਅੱਛਾ ਉਹ ਚਲੇ ਗਏ ਦੁਨੀਆ ਤੋਂ ਅੱਛਾ ਹੋਰ ਸੋਨੀ ਕੋਈ ਸਵਾਲ ਮੰਨਦਾ ਤੇਰੀ ਪਤਾ ਕਿਉਂ ਵੀਡੀਓ ਬਣਾ ਕੇ ਪਾ ਰਹੇ ਆ ਸਾਰੇ ਸੰਗਤ ਪਤਾ ਕੀ ਕਹਿੰਦੀਆਂ ਇਹ ਸੋਨੀ ਦੀਆਂ ਵੀਡੀਓ ਬਣਾ ਕੇ ਪਾਓ ਭਾਈ ਸਾਨੂੰ ਨੈਟ ਤੇ ਸੋਨੀ ਨੂੰ ਫੇਮਸ ਕਰੋ ਹੋਰ ਆਹੋ ਸੋਨੀ ਫੇਮਸ ਕਿਹਨੂੰ ਕਹਿੰਦੇ ਹੁੰਦੇ ਨੇ ਬਾਬਾ ਜੀ ਤੁਸੀਂ ਮੈਨੂੰ ਕਿਹੜੀ ਗੱਲ ਤੋਂ ਜਾਣਦੇ ਪਛਾਣਦੇ ਹੋ ਕਿਹੜੀ ਗੱਲ ਤੋਂ ਮੈਂ ਤੈਨੂੰ ਸਾਰੀ ਸੰਗਤ ਪਤਾ ਕਿਹੜੀ ਗੱਲ ਤੋਂ ਪਛਾਣਦੀ ਆ ਹਾਂ ਵੀ ਤੂੰ ਇੱਥੋਂ ਬੋਲਦਾ ਹਾਂ ਦਿਲੋਂ ਚੰਗਾ ਇਨਸਾਨ ਆ ਤੂੰ ਹਾਂ ਤੈਂ ਹੁਣ ਕਿਹਾ ਸੀ ਨਾ ਵੀ ਗਰੀਬ ਨੂੰ ਨਹੀਂ ਕੁੱਟਣਾ ਚਾਹੀਦਾ ਹਾਂ ਤੇ ਮੈਂ ਤੈਨੂੰ ਕਿਹਾ ਵੀ ਅਮੀਰ ਨੂੰ ਕੁੱਟਣਾ ਚਾਹੀਦਾ ਤੈਂ ਕਿਹਾ ਨਹੀਂ ਜੀ ਅਮੀਰ ਨੂੰ ਵੀ ਨਹੀਂ ਕੁੱਟਣਾ ਚਾਹੀਦਾ ਜਾਨਕਿ ਤੂੰ ਸਾਰਿਆਂ ਨੂੰ ਬਰਾਬਰ ਦੇਖਦਾ ਸੋਨੀ ਹਾਂ ਜੀ ਇਸ ਕਰਕੇ ਤੈਨੂੰ ਸਾਰੇ ਇਸ ਗੱਲ ਤੋਂ ਪਸੰਦ ਕਰਦੇ ਨੇ ਵੀਰੇ ਹਾਂ ਜੀ ਮੈਂ ਤੈਨੂੰ ਜਿਹੜੇ ਲੋਕ ਖੱਚਾ ਮਾਰਦੇ ਨੇ ਹਾਂ ਉਹ ਵੀ ਮਾੜੇ ਹੁੰਦੇ ਨੇ ਮਾੜੇ ਹੁੰਦੇ ਨੇ ਹਾਂ ਜੀ ਮਾੜੀ ਗੱਲ ਆ ਕਿਸੇ ਗਰੀਬ ਨੂੰ ਤੰਗ ਕਰਨਾ ਨਾ ਹਾਂ ਸੋਨੀ ਹੋਰ ਸੋਨੀ ਵੀਰੇ ਠੀਕ ਹੈ ਮੈਂ ਤੈਨੂੰ ਸੰਸਥਾ ਦੇ ਵਿੱਚ ਪੁੱਛਿਆ ਸੀ ਵੀ ਫੇਮਸ ਕਿਹਨੂੰ ਕਹਿੰਦੇ ਹੁੰਦੇ ਨੇ ਤੈਂ ਕੀ ਕਿਹਾ ਸੀ ਸੋਨੀ ਮੈਂ ਕਿਹਾ ਸੀ ਭੱਜਣ ਦੌੜਨ ਨੂੰ ਕਹਿੰਦੇ ਨੇ ਅੱਛਾ ਹੁਣ ਦੱਸ ਵੇ ਕਿਹਨੂੰ ਕਹਿੰਦੇ ਮੈਂ ਦੱਸਿਆ ਤੈਨੂੰ ਦੁਬਾਰੇ ਗੱਡੀ 'ਚ ਆਉਂਦੇ ਹੋਏ ਮੈਂ ਯਾਦ ਨਹੀਂ ਰਿਹਾ ਫੇਮਸ ਉਹਨੂੰ ਕਹਿੰਦੇ ਨੇ ਜਿਹਨੂੰ ਜ਼ਿਆਦਾ ਲੋਕ ਜਾਣਨ ਲੱਗ ਜਾਣ ਹਾਂ ਤੂੰ ਹੁਣ ਫੇਮਸ ਆ ਸੰਸਥਾ ਦਾ ਸਭ ਤੋਂ ਫੇਮਸ ਇਨਸਾਨ ਆ ਤੂੰ ਉਹ ਕੌਣ ਹੈ ਜਿਹੜਾ ਉਹ ਵਿੱਚ ਪੱਟ ਰਿਹਾ ਕਿਹੜਾ ਵੀਰੇ ਉਹ ਜਿਹੜਾ ਮੁੰਡਾ ਤੁਹਾਨੂੰ ਮਿਲਦਾ ਹੁੰਦਾ ਹੈ ਹਾਂ ਕੀ ਨਾਮ ਆ ਸੋਨੀ ਦਾ ਇਹਦਾ ਨਾਮ ਪਤਾ ਨਹੀਂ ਕੀ ਹੋਗੇ ਇਹਨਾਂ ਦਾ ਇਹੀ ਘਰ ਹੈ ਨਾ ਹਾਂ ਇਹ ਮੇਰੇ ਤਾਇਆ ਜੀ ਦਾ ਬੇਟਾ ਅੱਛਾ ਇਹਨਾਂ ਦਾ ਇਹੀ ਘਰ ਹੈ ਹਾਂ ਤੈਨੂੰ ਇੱਕ ਵਾਰੀ ਦਾ ਕੀ ਨਾਮ ਲੈਤਾ ਸੀ ਇਹਦਾ ਹੂੰ ਨਹੀਂ ਨਾਂ ਨਹੀਂ ਸੀ ਲਿਆ ਜੀ ਹਾਂ ਨਹੀਂ ਮੈਨੂੰ ਤਾਂ ਕਿਹਾ ਤੀ ਵੀ ਸੌਰਭ ਗੈਂਗੂਲੀ ਆ ਇਹ ਹਾਂ ਹੈ ਨਾ ਹਾਂ ਹੋਰ ਸੋਨੀ ਹੋਰ ਫਿਰ ਉਹਦੇ ਵਰਗੇ ਹੀ ਲੱਗਦਾ ਸੌਰਭ ਦਾ ਠੀਕ ਆ ਇਹ ਆਪਣੇ ਘਰ ਨੇ ਉਧਰ ਵੀ ਚਾਚਾ ਜੀ ਦਾ ਘਰ ਆ ਉਹ ਜਿਹੜਾ ਆ ਦਰਖਤ ਦੇ ਪਿੱਛੋਂ ਤਾਇਆ ਜੀ ਦਾ ਘਰ ਇਹ ਆਪਣਾ ਆ ਗਿਆ ਇੱਧਰ ਸੋਨੀ ਵੇਲਾ ਚਵਾਰਿਆਂ ਦਾ ਰਿਵਾਜ ਵੀ ਚੱਲ ਪਿਆ ਹੈ ਚਵਾਰੇ ਲੋਕ ਪਾਉਣ ਲੱਗ ਗਏ ਕਿ ਨਹੀਂ ਚਵਾਰਿਆਂ ਦਾ ਪਹਿਲਾਂ ਨਹੀਂ ਸੀ ਹੁੰਦਾ ਨਾ ਅੱਛਾ ਚਵਾਰਿਆਂ ਦਾ ਰਿਵਾਜ ਹੁਣ ਚੱਲਿਆ ਹੈ ਠੀਕ ਆ ਸੋਨੀ ਤੇਰਾ ਵੀ ਤਾਂ ਵਿਆਹ ਕਰਨਾ ਆਪਾਂ ਨੇ ਇੱਥੇ ਕਰ ਦਿੰਦੇ ਆ ਉਰੀ ਉਰੀ ਕਰਾਂਗੇ ਮੇਰੇ ਭੈਣਾਂ ਨੂੰ ਸੱਦ ਲਾਂਗੇ ਹਾਂ ਤੇ ਇੱਕ ਦਿਨ ਹੋਰ ਸੱਦ ਲਾਂਗੇ ਬਸ ਉਰੀ ਕਰਾਂਗੇ ਫਿਰ ਜ਼ਿਆਦਾ ਖਰਚਾ ਵੀ ਨਹੀਂ ਕਰਨਾ ਖਰਚਾ ਨਹੀਂ ਕਰਨਾ ਆਪਾਂ ਨੇ 2000 ਜਾਂ 3000 ਬਸ ਆਪਾਂ ਤਾਂ ਸੰਸਥਾ ਦੇ ਵਿੱਚ ਕਰ ਦੇਣਾ ਤੇਰਾ ਵਿਆਹ ਹੋਰ ਸੋਨੀ ਠੀਕ ਆ ਜੀ ਜਿਹੜਾ ਆਪਣਾ ਭਰਾ ਬਾਹਰ ਗਿਆ ਜੀ ਹਾਂਜੀ ਉਹ ਪੈਸੇ ਵੀ ਭੇਜਦਾ ਹੁੰਦਾ ਕਿ ਨਹੀਂ ਪੈਸੇ ਭੇਜਦਾ ਅੱਛਾ ਹਾਂ ਠੀਕ ਹੈ ਜੀ ਚਾਹੀਦੇ ਨੇ ਗੱਡੀ ਉਹਨਾਂ ਪੈਸਿਆਂ ਦੀ ਲਈ ਹੈ ਨਹੀਂ ਇਹ ਗੱਡੀ ਤਾਂ ਆਪਾਂ ਨੂੰ ਵੀਰੇ ਇੱਕ ਇਹ ਮੰਨ ਲਓ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭੇਜੀ ਹੈ ਗੱਡੀ ਆਪਣੇ ਲਈ ਠੀਕ ਹੈ ਜੀ ਉਹਨਾਂ ਨੇ ਇੱਕ ਸੇਵਕ ਭੇਜੇ ਸੀ ਉਹਨਾਂ ਨੇ ਫਿਰ ਆਪਾਂ ਨੂੰ ਇਹ ਗਿਫਟ ਦਿੱਤਾ ਸੰਸਥਾ ਲਈ ਠੀਕ ਹੈ ਜੀ ਹਾਂਜੀ ਗੁਰੂ ਮਹਾਰਾਜ ਨੇ ਦਿੱਤੀ ਹੈ ਗੱਡੀ ਦਾ ਆਪਾਂ ਨੂੰ ਆਪਣੇ ਵਾਲੀ ਗੱਡੀ ਤਾਂ ਅੰਦਰ ਖੜੀ ਦੇਖੀ ਸੀ ਨਾ ਤੈਨੇ ਤੇ ਸੋਨੀ ਮੈਨੂੰ ਇੱਕ ਗੱਲ ਦੱਸ ਤੂੰ ਹੁਣ ਮਾਤਾ ਨੂੰ ਮਿਲਿਆ ਸੀ ਤੈਨੂੰ ਕਿਵੇਂ ਲੱਗਿਆ ਸੁਭਾਅ ਮਾਤਾ ਦਾ ਮੈਨੂੰ ਤਾਂ ਵਧੀਆ ਲੱਗਿਆ ਜੀ ਚਾਹ ਵੀ ਮੈਨੂੰ ਆਪਦੀ ਹੀ ਦੇਤੀ ਜੀ ਚਾਹ ਹੈਂ ਚਾਹ ਮੈਨੂੰ ਆਪਦੀ ਹੀ ਦੇਤੀ ਜੀ ਅੱਛਾ ਹਾਂ ਜੀ ਵੀ ਜਾਨਕੀ ਹੋਰ ਨਹੀਂ ਬਣਾ ਕੇ ਦਿੱਤੀ ਉਹਨਾਂ ਦੇ ਰੱਬ ਦੇ ਵਾਲੀ ਦੇਤੀ ਮਾਤਾ ਨੇ ਹਾਂ ਜੀ ਹਾਂ ਕਿਵੇਂ ਲੱਗਿਆ ਸੁਭਾਅ ਤੈਨੂੰ ਮਾਤਾ ਦਾ ਵਧੀਆ ਲੱਗਿਆ ਵਧੀਆ ਲੱਗਿਆ ਠੀਕ ਹੈ ਸੋਨੀ ਚੰਗੀ ਆ ਨਾ ਮਾਤਾ ਆਪਣੀ ਦੇਖ ਲਾ ਸਹੀ ਗੱਲ ਆ ਵੀਰੇ ਸੋਨੀ ਨਹੀਂ ਮੈਂ ਪਾਉਣੀ ਨਹੀਂ ਸੀ ਵੀਡੀਓ ਤੇ ਤੈਨੂੰ ਨਾ ਸੰਗਤ ਪਿਆਰ ਕਰਦੀ ਆ ਬਹੁਤ ਵੀਰੇ ਫਿਰ ਮੈਨੂੰ ਐ ਸਾਰੇ ਕਹੀ ਜਾਂਦੇ ਨੇ ਤੁਸੀਂ ਕਿਉਂ ਨਹੀਂ ਪਾਉਂਦੇ ਜੀ ਕਿਉਂ ਨਹੀਂ ਪਾਉਂਦੇ ਵੀਡੀਓ ਫਿਰ ਮੈਂ ਤਾਂ ਕਰਕੇ ਅੱਜ ਤੇਰੀ ਵੀਡੀਓ ਆਪਾਂ ਕੁਦਰਤੀ ਚੱਲ ਘਰੇ ਆਏ ਤੇ ਆਪਾਂ ਬਣਾ ਲਈ ਜੇ ਗਲੀ ਥੋੜੀ ਚੌੜੀ ਹੁੰਦੀ ਨਾ ਇਹ
ਤੇ ਫਿਰ ਗੱਡੀ ਲੰਘ ਜਾਣੀ ਹੈ ਨਾ ਹਾਂਜੀ ਹਾਂ ਆਪਾਂ ਨਾ ਬੈਕ ਕਰ ਲਈ ਵੈਸੇ ਮੁੜ ਜਾ ਕਰੂ ਗੱਡੀ ਆ ਤਾਇਆ ਜੀ ਉਹਨਾਂ ਦੇ ਘਰ ਕਰਕੇ ਨਾ ਇਹ ਮੇਰੇ ਆਪਣੇ ਤਾਇਆ ਜੀ ਦਾ ਘਰ ਆ ਤਰਨੋਕੀਆ ਸੋਨੀ ਜਿਹੜਾ ਟਰੈਕਟਰ ਹਾਂ ਜਿਹੜਾ ਟਰੈਕਟਰ ਨੀ ਚੱਲ ਰਿਹਾ ਨਾਲ ਆਪਣੇ ਉੱਥੇ ਉਹਨਾਂ ਦਾ ਕਰਮੇ ਕਾ ਜਿਨ੍ਹਾਂ ਦਾ ਇੱਕ ਮੁੰਡਾ ਛੋਟਾ ਜਿਹਾ ਹੈ ਨਹੀਂ 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 ਉਹ ਦੂਜੇ ਨੇ ਉਹ ਮੇਰੇ ਚਾਚਾ ਜੀ ਨੇ ਅੱਛਾ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਉਹ ਨਹੀਂ ਅੱਛਾ ਹਾਂਜੀ ਸੰਗਤ ਜੀ ਇਹ ਆਪਣੇ ਘਰ ਤੋਂ ਥੋੜ੍ਹੀ ਦੂਰੀ 'ਤੇ ਜੀ ਇਹ ਜਿਹੜਾ ਆਸ਼ਰਮ ਆ ਜੀ ਬਿਲਕੁਲ ਥੋੜ੍ਹੀ ਦੂਰੀ 'ਤੇ ਕੋਈ ਬਹੁਤਾ ਦੂਰ ਨਹੀਂ ਹੈਗਾ ਜੀ ਅਤੇ ਸੰਗਤ ਬਹੁਤ ਜ਼ਿਆਦਾ ਡਿਮਾਂਡ ਕਰਦੀ ਆ ਜੀ ਵੀ ਸੋਨੀ ਦੀਆਂ ਵੀਡੀਓ ਬਣਾ ਕੇ ਪਾਇਆ ਕਰੋ ਅਤੇ ਅਸੀਂ ਕੁਦਰਤੀ ਘਰ ਪੈਸੇ ਲੈਣ ਆਏ ਸੀ ਜੀ ਅਸੀਂ ਉੱਥੇ ਸੰਸਥਾ ਦੇ ਵਿੱਚ ਮਿਸਤਰੀਆਂ ਨੂੰ ਪੇ ਕਰਨੇ ਨੇ ਤਾਂ ਕਰਕੇ ਮੈਂ ਸੋਨੀ ਨੂੰ ਕਿਹਾ ਮੈਂ ਕਿਹਾ ਸੋਨੀ ਚੱਲ ਨਾਲ ਤਾਂ ਸੋਨੀ ਆ ਗਿਆ ਗਾਂ ਫਿਰ ਤੁਸੀਂ ਹੁਣ ਸਾਰੀਆਂ ਰੌਣਕਾਂ ਸੁਣੀ ਨੇ ਮਾਤਾ ਦੇ ਨਾਲ ਚਾਹ ਪੀਤੀ ਅਤੇ ਹੋਰ ਬਹੁਤ ਗੱਲਾਂ ਮਾਰੀਆਂ ਜਿਹੜੀਆਂ ਅਸੀਂ ਰਿਕਾਰਡ ਨਹੀਂ ਕੀਤੀਆਂ ਹੈ ਸੋਨੀ ਲੈ ਹੁਣ ਮਾਤਾ ਨੂੰ ਆਪਾਂ ਕਹਾਂ ਤੁਸੀਂ ਮੈਨੂੰ ਕਿੰਨਾ ਸੁੱਖ ਦਿੱਤਾ ਹੈ ਮੈਂ ਤਾਂ ਗਰੀਬ ਸੀ ਘਰ ਤਾਂ ਤੇ ਮੇਰੀ ਮੰਮੀ ਵੀ ਇਹ ਕਹਿ ਕੇ ਗੁਜ਼ਰ ਗਈ ਸੀ ਵੀ ਤੂੰ ਗਰੀਬ ਹੈ ਪੁੱਤਰ ਅੱਛਾ ਵੀ ਤੈਨੂੰ ਕੰਮ ਨਹੀਂ ਮਿਲਿਆ ਅੱਛਾ ਚੱਲ ਬਾਬਾ ਜੀ ਹੁਣ ਕਿਤੇ ਮੈਨੂੰ ਕੰਮ ਤੇ ਤੁਸੀਂ ਲਵਾ ਦਿਓ ਹਾਂਜੀ ਜਾਂ ਇੱਥੇ ਲਵਾ ਦਿਓ ਜਾਂ ਕਿਤੇ ਹੋਰ ਸਹੀ ਗੱਲ ਹੈ ਵੀਰੇ ਸੋਨੀ ਮੈਂ ਤੈਨੂੰ ਇੱਕ ਗੱਲ ਦੱਸਾਂ ਵੀਰੇ ਸੁੱਖ ਮੈਂ ਨਹੀਂ ਦਿੱਤਾ ਵੀਰੇ ਤੈਨੂੰ ਸੁੱਖ ਦਿੱਤਾ ਉਸ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਕਰਮ ਨੇ ਵੀਰੇ ਇਹ ਤੇਰੇ ਕਰਮ ਤੇਰੇ ਨਾਲ ਆਏ ਨੇ ਕੀ ਤੈਨੇ ਪਾਉਣਾ ਕੀ ਤੈਨੇ ਖਾਣਾ ਕਿਹੜੇ ਤੈਨੇ ਵਸਤਰ ਕੀ ਤੈਨੇ ਹਨਾ ਕਿਸੇ ਨਾਲ ਕੀ ਵਾਰਤਲਾਪ ਕਰਨੀ ਆ ਕਿੱਦਾਂ ਇੱਜ਼ਤ ਜਾਂ ਉਹ ਸਾਰਾ ਕੁਛ ਤੈਅ ਆ ਪਰਮਾਤਮਾ ਵੱਲੋਂ ਸੋਨੀ ਤੇ ਆਪਾਂ ਨੂੰ ਚੀਜ਼ ਦੇ ਕੇ ਜਾਂਦੀ ਆ ਸੰਗਤ ਭੈਣ ਭਰਾ ਆਉਂਦੇ ਨੇ ਦੀਵਾਲੀ ਨੂੰ ਦੇਖ ਲਾ ਕਿੰਨੀ ਸੰਗਤ ਆਈ ਸੀ ਹਨਾ ਕਿੰਨੀ ਸੰਗਤ ਨੇ ਆਪਾਂ ਨੂੰ ਫਰੂਟ ਖਾਣ ਲਈ ਕੀ ਕੁਛ ਦਿੱਤਾ ਦੇਖ ਲਾ ਤੇ ਫਿਰ ਉਹਨਾਂ ਕਰਕੇ ਸੁੱਖ ਮਿਲ ਰਿਹਾ ਆਪਾਂ ਨੂੰ ਹੋਰ ਸੋਨੀ ਕੀ ਕਹਿਣਾ ਚਾਹੁੰਦਾ ਵੀਰੇ ਫਿਰ ਬਸ ਇਹੀ ਕਹਿਣਾ ਚਾਹੁੰਦਾ ਸੀ ਬੰਦਾ ਉਹਦਾ ਦੁੱਖ ਹੀ ਸਾਂਝਾ ਕਰਦਾ ਹੈ ਅੱਛਾ ਜਿਹੜਾ ਦੁੱਖ ਹੋਵੇ ਬੰਦੇ ਨੂੰ ਸਹੀ ਗੱਲ ਹੈ ਵੀਰੇ ਸਾਂਝਾ ਕਰਦਾ ਬਿਲਕੁਲ ਸ਼ਹਿਰ ਆਪਾਂ ਹੁਣ ਕਦੋਂ ਜਾਣਾ ਸ਼ਹਿਰ ਬਸ ਆਪਾਂ ਹੁਣ ਉਹ ਆ ਰਹੇ ਨੇ ਨਾ ਵੀਰੇ ਹੋਣੀ ਆਪਾਂ ਨੂੰ ਮਿਲਣ ਵਾਲੇ ਉਹ ਦੇਖ ਗੱਡੀ ਖੜੀ ਆ ਸੰਸਥਾ ਦੇ ਵਿੱਚ ਆ ਗਏ ਉਹ ਬਸ ਆਪਾਂ ਨੇ ਅੱਧਾ ਕੁ ਘੰਟਾ ਘੰਟਾ ਕੁ ਆਪਾਂ ਹੋਰ ਰੋਕਣਾ ਫਿਰ ਆਪਾਂ ਬਾਜ਼ਾਰ ਚੱਲਣਾ ਨਾਲ ਤਾਂ ਆਪਾਂ ਲੈ ਕੇ ਆਉਣਾ ਆਪਣਾ ਦਵਾਈਆਂ ਨਾਲੇ ਸਮਾਨ ਲੈ ਕੇ ਆਉਣਾ ਆਪਣਾ ਇੰਨਾ ਸਾਰਾ ਸਮਾਨ ਲੈ ਕੇ ਆਉਣ ਵਾਲਾ ਠੀਕ ਹੈ ਤੇ ਉਹ ਲੈ ਕੇ ਆਉਣਾ ਆਪਾਂ ਨੇ ਜਿਵੇਂ ਕਾਫੀ ਸਮਾਨ ਆ ਹੈ ਨਾ ਸੋਨੀ ਹੋਰ ਵੀਰੇ ਠੀਕ ਹੈ ਜੀ ਲਓ ਜੀ ਅਸੀਂ ਸੰਸਥਾ ਦੇ ਵਿੱਚ ਪਹੁੰਚ ਚੁੱਕੇ ਹਾਂ ਜੀ ਸੰਸਥਾ ਦੇ ਵਿੱਚ ਔਨ ਏਅਰ ਚੈਨਲ ਦੀ ਟੀਮ ਆਈ ਅੱਜ ਔਨ ਏਅਰ ਚੈਨਲ ਜਿਹੜਾ ਸਿਮਰਨਜੀਤ ਸਿੰਘ ਮੱਕੜ ਜਿਹੜੇ ਪਹਿਲਾਂ ਡੇਲੀ ਪੋਸਟ ਦੇ ਵਿੱਚ ਹੁੰਦੇ ਸੀ ਉਹਨਾਂ ਦਾ ਜਿਹੜਾ ਚੈਨਲ ਆ ਜੀ ਵੀਰ ਹੋਣੀ ਆਏ ਨੇ ਮਿਲਣ ਲਈ ਅਤੇ ਅਸੀਂ ਉਹਨਾਂ ਦੀ ਵੇਟੇ ਕਰ ਰਹੇ ਸੀਗੇ ਹਾਂ ਇਹਨਾਂ ਦਾ ਘਰ ਸੀ ਉਹ ਆਪਣੇ ਤਾਇਆ ਜੀ ਦਾ ਜਿਹੜਾ ਟਰੈਕਟਰ ਚੱਲਦਾ ਇੱਧਰ ਸੋਨੀ ਇੱਕ ਤਾਂ ਮੇਰਾ ਆਹ ਤਾਏ ਦਾ ਮੁੰਡਾ ਇੱਕ ਜਿਹੜਾ ਤੂੰ ਕਹਿੰਦਾ ਸੀ ਉਹ ਕੌਣ ਉਹ ਕਰਦਾ ਕੰਮ ਇੱਕ ਮੇਰੇ ਤਾਇਆ ਜੀ ਦੀ ਬੇਟੀ ਟੀਚਰ ਆ ਇੱਕ ਮੇਰੇ ਤਾਏ ਦਾ ਮੁੰਡਾ ਬਾਹਰ ਆ ਆਸਟ੍ਰੇਲੀਆ ਚ ਇੱਕ ਮੇਰਾ ਰੀਅਲ ਬ੍ਰਦਰ ਬਾਹਰ ਆ ਸੋਨੀ ਹਾਂ ਤੇ ਇੱਕ ਤੂੰ ਆ ਮੇਰਾ ਰੀਅਲ ਬ੍ਰਦਰ ਫਿਰ ਮੈਨੂੰ ਵੀ ਬਾਹਰ ਹੀ ਭੇਜ ਦੋ ਜੀ ਹਾਂਜੀ ਅਸੀਂ ਨਾ ਜੀ ਇੱਕ ਬੀਬੀ ਦੇ ਪੈਰ ਦੇ ਵਿੱਚ ਕੀੜੇ ਪਏ ਹੋਏ ਨੇ ਅਸੀਂ ਉਹ ਪੱਟੀ ਕਰਨ ਚੱਲੇ ਹਾਂ ਅਤੇ ਤੁਸੀਂ ਦੇਖਿਆ ਸੋਨੀ ਨੇ ਕਿੱਦਾਂ ਆਪਣੇ ਘਰ ਜਾ ਕੇ ਅੱਜ ਗੱਲਾਂ ਕੀਤੀਆਂ ਪਰ ਮੈਂ ਹੁਣ ਇਹਨੂੰ ਚੌੜ 'ਚ ਪੁੱਛਿਆ ਮੈਂ ਕਿਹਾ ਲੱਡੂ ਤੂੰ ਅੱਜ ਖਾਸੇ ਖਾ ਲਏ ਓਏ ਅਤੇ ਸੋਨੀ ਦਾ ਜਵਾਬ ਕੀ ਸੀ ਸੋਨੀ ਕੀ ਕਹਿੰਦਾ ਜੀ ਤੂੰ ਘਰ ਮੈਂ ਪਕਾਉਂਦਾ ਢਿੱਡ ਤਾਂ ਆਪਣਾ ਹੀ ਹੈ ਹਾਂ ਅੱਛਾ ਤਾਂ ਨਹੀਂ ਤੈਨੇ ਹੋਰ ਮੰਗੇ ਹੈ ਲੱਡੂ ਬਲਾ ਫਤਿਹ ਸੰਗਤ ਨੂੰ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅਸੀਂ ਗੱਡੀ ਚ ਬੈਠੇ ਹੋਏ ਆ ਜੀ ਪਟਿਆਲੇ ਜਾਣਾ ਜੀ ਅੱਛਾ ਉਹਦਾ ਹੁਣ ਪਤਾ ਹੀ ਆ ਸੰਗਤ ਨੂੰ ਵੀ ਤੂੰ ਗੱਡੀ ਚ ਬੈਠਾ ਕਾ ਜਹਾਜ਼ ਚ ਬੈਠਾ ਨਹੀਂ ਗੱਡੀ ਚ ਬੈਠੇ ਠੀਕ ਹੈ ਠੀਕ ਹੈ ਠੀਕ ਹੈ ਫਿਰ ਸਤਿ ਸ਼੍ਰੀ ਅਕਾਲ
ठीक है हुण दर्द ठीक है जी पैर च घट गया जी ओ कीड़े निकल गए ना जी हुण तां घट गया आप कर दे पट्टी एक मिनट जी हाँ सोनी देख लिया बेबे का जख्म ਨਾ ਜੀ ਮੈਂ ਨਹੀਂ ਦੇਖਦਾ ਹੁੰਦਾ ਜੀ ਦੇਖਦਾ ਨਹੀਂ ਜ਼ਖਮ ਨਹੀਂ ਦੇਖਦਾ ਵਾਹ ਜੀ ਲਓ ਜੀ ਅੱਜ ਵੀ ਰੱਖਣੀ ਤੈਗ ਖੋਲ ਕੇ ਦਵਾਂ ਜੀ ਦੇਖ ਬੇਬੇ ਜੀ ਤੁਹਾਡਾ ਨਾਮ ਕੀ ਹੈ ਜੀ ਕਸ਼ਮੀਰ ਕੌਰ ਠੀਕ ਆ ਹੁਣ ਪਹਿਲਾਂ ਨਾਲੋਂ ਦਰਦ ਘਟ ਗਿਆ ਇੱਧਰ ਦੇਖੋ ਜੀ ਫਰਕ ਆ ਹੁਣ ਬਹੁਤ ਫਰਕ ਆ ਨਾ ਜੀ ਠੀਕ ਹੈ ਜੀ ਹੋ ਜਾਓਗੇ ਠੀਕ ਤੁਸੀਂ ਜਿਹੜੀ ਦਵਾਈ ਪੱਟੀ ਤੁਹਾਡੀ ਚੱਲਦੀ ਹੋ ਗਈ ਦੇਖ ਲਓ ਬੜੀ ਜਲਦੀ ਠੀਕ ਹੋ ਜਾਓਗੇ ਚਲਾ ਕਰੀਦਾ ਤੁਹਾਡੇ ਵੀ ਨਹੀਂ ਕਿਹੜੇ ਜਵਾਬ ਨੇ ਕਿੱਡੀ ਕਿੱਡੀ ਦੂਰ ਆਉਨੇ ਹੋ ਮਹਾਰਾਜ ਕਿਰਪਾ ਕਰਦੇ ਨੇ ਜੀ ਦੇਖੋ ਵੀਰੇ ਤੁਸੀਂ ਦੇਖ ਲਿਆ ਜ਼ਖਮ ਜੀ ਕੀ ਹਾਂਜੀ ਦੇਖ ਲਿਆ ਪਹਿਲੇ ਦਿਨ ਰਾਜ ਚ ਪਹਿਲਾਂ ਨਾਲ ਬਹੁਤ ਜ਼ਿਆਦਾ ਠੀਕ ਹੈ ਜ਼ਖਮ ਬਹੁਤ ਜ਼ਿਆਦਾ ਰਿਮੂਵ ਹੋ ਗਿਆ ਬਿਲਕੁਲ ਇਹ ਜ਼ਖਮ ਅੱਜ ਨਾ 20% ਸਹੀ ਹੋ ਗਿਆ ਕੀੜੇ ਤਾਂ ਹੁਣ ਪੂਰਾ ਵੀ ਨਹੀਂ ਦਿਖ ਰਹੇ ਇਹਦੇ ਵਿੱਚ ਬਿਲਕੁਲ ਬਿਲਕੁਲ ਪਹਿਲੇ ਦਿਨ ਤਾਂ ਬਹੁਤ ਬੁਰਾ ਹਾਲ ਸੀ ਬਹੁਤ ਜ਼ਿਆਦਾ ਬੁਰਾ ਹਾਲ ਸੀ ਦੇਖਿਆ ਖੜਿਆ ਵੀ ਨਹੀਂ ਜਾਂਦਾ ਦੇ ਅੰਦਰ ਇੰਨੀ ਜ਼ਿਆਦਾ ਸਮੈਲ ਆਉਂਦੀ ਸੀ ਅੱਜ ਆਪਣੇ ਉਰੇ ਬਿਨਾ ਪਾਲ ਭਾਈ ਬਿਨਾ ਮਾਸਕ ਤੋਂ ਖੜੇ ਨੇ ਦੇਖੋ ਜੀ ਉਰੇ ਆਪਣੇ ਸਾਫ਼ ਸਾਫ਼ ਸਫਾਈ ਕਰਕੇ ਵਧੀਆ ਬਣਾਏ ਬਾਜ ਬਿਲਕੁਲ ਪੱਟੀ ਦੇਖਣ ਨੂੰ ਵੀ ਵਧੀਆ ਲੱਗ ਰਹੀ ਹੈ ਪੱਟੀ ਹੋ ਰਹੀ ਹੈ ਬਿਲਕੁਲ ਬਿਲਕੁਲ ਪਹਿਲੇ ਦਿਨ ਤਾਂ ਖੜਿਆ ਨਹੀਂ ਜਾਂਦਾ ਦੀ ਬਿਨਾ ਮਾਸਕ ਪਹਿਲੇ ਦਿਨ ਜਮਾ ਨਹੀਂ ਖੜਿਆ ਜਾਂਦਾ ਜੀ ਆਪਣਾ ਥੋੜਾ ਤਿੰਨ ਤਿੰਨ ਮਾਸਕ ਲਾ ਕੇ ਵੀ ਫਿਰ ਵੀ ਨਹੀਂ ਖੜਿਆ ਜਾਂਦਾ ਦੀ ਹਾਂਜੀ ਹਾਂਜੀ ਬਿਲਕੁਲ ਨਾ ਰੋਹਿਤ ਭਾਈ ਆਪਣਾ ਤਾਂ ਮਾਊਂਟਿੰਗ ਕਰਨ ਲੱਗ ਗਿਆ ਸੀ ਉਰੇ ਖੜੇ ਨੇ ਜਿਆਦਾ ਸਮੈਲ ਆ ਰਹੀ ਸੀ ਬਿਲਕੁਲ ਜੀ ਬਿਲਕੁਲ ਮਹਾਰਾਜ ਕਿਰਪਾ ਕਰਨ ਸੋਨੀ ਹਾਂਜੀ ਤੇ ਬਾਕੀ ਅਸੀਂ ਤੁਹਾਨੂੰ ਬੇਬੇ ਦਾ ਘਰ ਦਿਖਾਉਣਾ ਚਾਹੁੰਦੇ ਆ ਬੇਬੇ ਦੇ ਜਿਹੜੇ ਬਰਤਨ ਨੇ ਇਹ ਹਾਲਾਤ ਦੇ ਵਿੱਚ ਜ਼ਿੰਦਗੀ ਬੇਬੇ ਕੱਟ ਰਹੀ ਹੈ ਜੀ ਇਹਨਾਂ ਦਾ ਇੱਕ ਪੁੱਤਾ ਦੇਖੋ ਬੇਬੇ ਦੇ ਕੱਪੜੇ ਕਿੰਨੇ ਗੰਦੇ ਹੋਏ ਵੇ ਨੇ ਕਿੰਨੀ ਬਦਬੂ ਅੰਦਰ ਮਾਰ ਰਹੀ ਆ ਅਤੇ ਇਸੇ ਹਾਲਾਤਾਂ ਦੇ ਵਿੱਚ ਬੇਬੇ ਨਰਕ ਭਰੀ ਜ਼ਿੰਦਗੀ ਜਿਹੜੀ ਕੱਟਣ 'ਤੇ ਮਜਬੂਰ ਨੇ ਮਹਾਰਾਜ ਕਿਰਪਾ ਕਰਨ ਇਹਨਾਂ 'ਤੇ ਸਾਰਾ ਘਰ ਜਿਹੜਾ ਚਾਹੁੰਦਾ ਇਹਨਾਂ ਦਾ ਇੱਕ ਬੇਟਾ ਜਿਹੜਾ ਇਹਨਾਂ ਦੀ ਸੇਵਾ ਕਰਦਾ ਪਰ ਘਰ ਦੀ ਗਰੀਬੀ ਅੱਤ ਦੀ ਇੰਨੀ ਜ਼ਿਆਦਾ ਵੀ ਇਲਾਜ ਨਹੀਂ ਕਰਵਾ ਸਕਦੇ ਸੀ ਬੇਬੇ ਦੇ ਦੋਨੇ ਪੈਰਾਂ ਦੇ ਉੱਪਰ ਜ਼ਖਮ ਨੇ ਔਰ ਇੱਕ ਜ਼ਖਮ ਦੇ ਉੱਪਰ ਤਾਂ ਇੰਨੇ ਜ਼ਿਆਦਾ ਕੀੜੇ ਨੇ ਜੀ ਵੀ ਤੁਹਾਨੂੰ ਸ਼ਬਦਾਂ ਦੇ ਵਿੱਚ ਅਸੀਂ ਬਿਆਨ ਨਹੀਂ ਕਰ ਸਕਦੇ ਅਤੇ ਘਰ ਦੀ ਗਰੀਬੀ ਦੇ ਕਾਰਨ ਪੱਟੀ ਵੀ ਨਹੀਂ ਕਰਵਾ ਸਕਦੇ ਸੀ ਆ ਤੁਸੀਂ ਦੇਖੋ ਗੰਦਗੀ ਜਿਹੜੀ ਘਰ ਦੇ ਵਿੱਚ ਇੱਥੇ ਇੱਕ ਜਿਹੜੀ ਬੇਬੇ ਮਾਂ ਇੱਕ ਜਿਹੜੀ ਰਹਿੰਦੀ ਆ ਜੀ ਅਤੇ ਬਾਹਰ ਪੱਟੀ ਦੀ ਸੇਵਾ ਜਾਰੀ ਆ ਮਹਾਰਾਜ ਕਿਰਪਾ ਕਰਨ ਜਲਦੀ ਜਿਹੜਾ ਠੀਕ ਹੋ ਕੇ ਇਹ ਆਪਣੀ ਜਿਹੜੀ ਜ਼ਿੰਦਗੀ ਦਾ ਆਨੰਦ ਲੈਣ ਬਾਕੀ ਸਾਡੇ ਨਾਲ ਅੱਜ ਸੋਨੀ ਵੀ ਆਇਆ ਸੋਨੀ ਸੰਗਤ ਨੂੰ ਫਤਿਹ ਬੁਲਾ ਦੇ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਜੀ ਵਾਹ ਠੀਕ ਆ ਬੇਬੇ ਠੀਕ ਆ ਸਤਿ ਸ਼੍ਰੀ ਅਕਾਲ ਠੀਕ ਹੋ ਜਾਓਗੇ ਜੀ ਜ਼ਖਮ ਤੁਹਾਡਾ ਮੋੜ ਪਾ ਗਿਆ ਪੂਰਾ ਠੀਕ ਆ ਜੀ ਬਹੁਤ ਜਲਦੀ ਠੀਕ ਹੋ ਜੂ ਤੁਹਾਡਾ ਜੀ ਇਹ ਕਫਲਾ ਕਰ ਦੇ ਸਾਰਿਆਂ ਦਾ ਮਹਾਰਾਜ ਕਿਰਪਾ ਕਰਨ ਜੀ ਹੱਸਦੇ ਬਾਹਦੇ ਰਹੋ ਖੁਰਾਕ ਖਾਣੀ ਆ ਜਿਹੜਾ ਕੋਈ ਦੇਖ ਕੇ ਜਾਂਦਾ ਜ਼ਰੂਰ ਖਾਓ ਠੀਕ ਆ ਜੀ ਠੀਕ ਆ ਹਾਂ ਓਕੇ ਜੀ ਇਹਨਾਂ ਨੂੰ ਕਹਿ ਦਿਓ ਦੁੱਧ ਲੈਣ ਜਾਊਗਾ ਆਕਾ ਮਾਰੂਗਾ ਦੇ ਦੇਣ ਹਾਂ ਜੀ ਹਾਂ ਹਾਂ ਲੈ ਕੇ ਆਊਗਾ ਅੱਛਾ ਠੀਕ ਹੈ ਜੀ ਦੇਤਾ ਬੇਟਾ ਜੀ ਦੇਤਾ ਹੀ ਦੇਤਾ ਆ ਜੋ ਜੀ ਚਲੋ ਵੀ ਸਿੰਘੋ ਸੋਨੀ ਚੱਲ ਬਈ ਗਏ ਹਾਂ ਆ ਡਿੱਗ ਗਏ ਸੋਨੀ ਦੀ ਚੜਾਈ ਅੱਜ ਸੋਨੀ ਅੱਜ ਪਟਿਆਲਾ ਘੁੰਮਦਾ ਫਿਰਦਾ ਨਾ ਸੋਨੀ ਹੈ ਸੋਨੀ ਹੋਏ ਹੈ ਪਟਿਆਲਾ ਘੁੰਮਦਾ ਫਿਰਦਾ ਤੂੰ ਅੱਜ ਚੜਾਈ ਆ ਸੋਨੀ ਤੇਰੀ ਅੱਜ ਨਾ ਪੂਰੀ ਕੈਪਟਨ ਅਮਰਿੰਦਰ ਸਿੰਘ ਨਾਲੋਂ ਵੱਧ ਚੜਾਈ ਹੈ ਨਾ ਸੋਨੀ ਤੁਸੀਂ ਜਾਣਦੇ ਹੋ ਵੀਰੇ ਸੋਨੀ ਨੂੰ ਹਾਂ ਯਾਰ ਚੰਗੀ ਤਰ੍ਹਾਂ ਦੇਖਦੇ ਹੋ ਵੀਡੀਓ ਡੇਲੀ ਵਾਹ ਜੀ ਦੇਖ ਲਾ ਸੋਨੀ ਫੇਮਸ ਸ਼ਬਦ ਇਹਨੂੰ ਕਹਿੰਦੇ ਹੁੰਦੇ ਨੇ ਫੇਮਸ ਤੂੰ ਫੇਮਸ ਕਹੀ ਗਿਆ ਕਹਿੰਦਾ ਜਿਹੜਾ ਭੱਜਦਾ ਹੁੰਦਾ ਪਤਾ ਨਹੀਂ ਹੈ ਨਾ ਦਿੱਕਤ ਦਾ ਬਰਾਬਰ ਕਰ ਦਿੰਦਾ ਬਰਾਬਰੀ ਕੀਤਾ ਸੀ ਇੱਕ ਇੱਕ ਨਾਲ ਬਰਾਬਰ ਕਰਦੇ ਪੰਜ ਪੰਜ ਮੈਚ ਹੋਰ ਕਿੰਨੇ ਬਣਾਏ ਸੀ ਪੰਜ ਮੈਚ ਪੰਜ ਮੈਚ ਇੱਕ ਜਿੱਤੇ ਆ ਚਾਰ ਹਾਰ ਗਏ ਨਾ ਤਿੰਨ ਜਿੱਤਿਆ ਦੋ ਹਾਰ ਗਏ ਤਿੰਨ ਦੋ ਨਾਲ ਕਰ ਲਿਆ ਬਰਾਬਰ ਨਾ ਅੱਗੇ ਕਿਹੜੇ ਖਿਡਾਰੀ ਦੀ ਨਕਲ ਕਰੀ ਸੀ ਬਸ ਹੀ ਖਿਡਾਰੀ ਗਏ ਨੇ ਹੁਣ ਜੀ ਕਾਪੀ ਕਿਹਦੀ ਕਰੀ ਕਿਹੜੇ ਖਿਡਾਰੀ ਦੀ ਕਰੀ ਆ ਨਾ ਜੀ ਨਾ ਹੀ ਖਿਡਾਰੀ ਨਹੀਂ ਲੈਫਟ ਹੈਂਡ ਕੱਢਿਆ ਰਾਈਟ ਹੈਂਡ ਹੈਂ ਖੱਬੂ ਕੱਢਿਆ ਸੱਜੂ ਕੱਢਿਆ ਸੀ ਹੈਂ ਸੱਜੂ ਕੱਢਿਆ ਖੱਬੂ ਕੱਢਿਆ ਸੀ ਮੈਂ ਹਾਂ ਖੱਬੂ ਹੀ ਸੱਜੂ ਦੋਨੇ ਪਾਸੇ ਖੇਡ ਲੈਣਾ ਹਾਂ ਮੈਂ ਇਹ ਸੌਰਵ ਗਾਉਂਗਲੀ ਕਹਿੰਦੇ ਸੌਰਵ ਗਾਉਂਗਲੀ ਕਾਪੀ ਕਰਦੇ ਹੈਂ ਹੈਂ ਇਹ ਕਹਿੰਦੇ ਸੌਰਵ ਗਾਉਂਗਲੀ ਦੀ ਕਾਪੀ ਕਰਦੇ ਹੈਂ
ਤੇ ਜਵਰਾਜ ਦੀ ਨਾ ਉਹ ਦਾ ਖੜਾਰੀ ਨੇ ਮੈਂ ਕਿਹੜਾ ਖੜਾਰੀ ਯਾਰ ਉਹ ਤਾਂ ਬੰਦੇ ਹੀ ਨੇ ਦੱਸਾ ਨਾ ਬੰਦੇ ਨਹੀਂ ਉਹ ਹੁੰਦੇ ਉਹ ਉਹਨਾਂ ਨੂੰ ਪਤਾ ਹੁੰਦਾ ਵੀ ਬਾਲ ਕਿੱਥੇ ਆਉਂਦੀ ਹੈ ਆਪਾਂ ਨੂੰ ਤਾਂ ਦੇਖ ਕੇ ਮਾਰਨੀ ਹੈ ਫਿਰ ਹਾਂ ਉਹ ਵੀ ਖੇਡ ਕੇ ਗਏ ਨੇ ਹਾਂ ਵਧੀਆ ਚੱਕੇ ਮਾਰ ਉਹ ਚੁਸਤ ਚਲਾਕ ਹੁੰਦੇ ਨੇ ਚੁਸਤ ਚਲਾਕ ਹੁੰਦੇ ਮੈਂ ਨਹੀਂ ਹੈਗਾ ਚੁਸਤ ਚਲਾਕ ਖੇਡੇਗਾ ਹੋ ਜਾਏਗਾ ਹੂੰ ਵਧੀਆ ਖੇਡਦਾ ਇਹ ਮੈਂ ਦੇਖਿਆ ਤੂੰ ਮੈਚ ਖੇਡ ਵਧੀਆ ਖੇਡਦਾ ਜੀ ਆਹੋ हाँ जी लो जी असी सोनी की तुहानू वीडियो सारे भैन भरावां नू दिखाई आ ते हुण तुसी एक कमेंट जरूर करना सोनी लई ते अपना फर्ज सेवा सोसायटी लई सारे भैन भरावां दे कहण ते ये शेयर की ते अज इस बीबी की जिहड़ी मां की इसकी पट्टी की गई आ इस बेबे का पैर भी बहुत सही हो गया ते हुण असीं घर नूं चाले पाते प्रशादा छक के सोनी ने फिर रैसट करनी है भाई सारे ने ते बहुत बहुत धन्नवाद सारे भैन भरावां दा पटियाले तों भादसों रोड दे उपर लचकाणी पिंड दे विच इह आश्रम जिहड़ा बन रहा तुसीं आउंदे जांदे जरूर साडे कोले खड़ के जाणा धन्नवाद जी हसदे वसदे रहो परमात्मा सारिआं नूं चढ़दी कला च रखे वाहिगुरू जी का खालसा वाहिगुरू जी की फतेह